ਤੁਸੀਂ ਦੱਸਿਆ ਕਿ ਡਿਜੀਟਲ ਮਾਰਕੀਟਿੰਗ ਤੋਂ ਸਟਾਰਟ ਹੋਏ ਹੈ ਨਾ, ਤੁਸੀਂ ਦੇਖਿਆ ਹੋਏਗਾ ਪੂਰਾ ਕਿ ਕਾਫੀ ਚੇਂਜ ਹੋ ਗਈ ਹੈ ਐਜ਼ ਅ ਫੀਲਡ ਵੀ ਜਿਹੜੀ ਹੈ ਜੋ ਅੱਜ ਤੋਂ 4-5 ਸਾਲ ਪਹਿਲਾਂ ਸੀ ਔਰ ਜੋ ਹੁਣ ਹੈ, ਕਿ ਇਹਦੇ ਬਾਰੇ ਕੀ ਤੁਹਾਡਾ ਕੀ ਥੋਟ ਹੈ? ਭਾਜੀ ਡਿਜੀਟਲ ਮਾਰਕੀਟਿੰਗ ਇਜ਼ ਗੁੱਡ, ਬਟ ਐਟ ਦ ਐਂਡ ਯੂ ਨੋ ਕਲਾਇੰਟ ਕੀ ਵੇਖਦਾ ਪਿਆ? ਕਲਾਇੰਟ ਵੇਖਦਾ ਪਿਆ ਇੱਕ ਹੋਰ ਕਲਾਇੰਟ, ਸਾਡਾ ਜਿਹੜਾ ਕਲਾਇੰਟ ਹੈ ਜੋ ਵੀ ਡਿਜੀਟਲ ਮਾਰਕੀਟਿੰਗ ਜਿਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ, ਉਸ ਨੂੰ ਵੀ ਤਾਂ ਕਲਾਇੰਟ ਚਾਹੀਦੇ ਨੇ ਨਾ, ਉਹਦੇ ਪ੍ਰੋਡਕਟ ਦੇ ਲਈ ਚਾਹੇ ਸਰਵਿਸ ਹੋਵੇ, ਹੈ ਨਾ। ਅਤੇ ਹੁਣ ਨਾ ਲੋਕ ਪ੍ਰੀਫਰ ਕਰਦੇ ਪਏ ਨੇ ਕਿ ਪਹਿਲੇ ਬਹੁਤ ਚੰਗੀ ਤਰ੍ਹਾਂ ਬ੍ਰਾਂਡ ਬਣ ਜਾਵੇ, ਉਹਦੇ ਬਾਅਦ ਫਿਰ ਬੈਸਟ ਪਰਸਨ ਹਾਇਰ ਕਰਕੇ ਐਡ ਚਲਾ ਕੇ ਜਲਦ ਤੋਂ ਜਲਦ ਕਲਾਇੰਟ ਕਨਵਰਟ ਹੋਵੇ। ਨਾ ਦੇ ਵਾਂਟ ਫਾਸਟਰ ਰਿਜ਼ਲਟ, ਯੂ ਨੋ, ਸਬਰ ਖਤਮ ਹੋ ਗਿਆ ਹੁਣੇ, ਇਹ ਬਹੁਤ ਡਰਾਸਟਿਕ ਚੇਂਜ ਆਇਆ। ਅਤੇ ਇਸ ਵਰਗੇ ਪਰਫੋਰਮੈਂਸ ਮਾਰਕੀਟਿੰਗ ਲਾਈਕ ਦਿਸ ਇੰਡਸਟਰੀ ਇਜ਼ ਗਰੋਇੰਗ ਰੀਅਲੀ ਵੈਲ। ਠੀਕ ਹੈ, ਅਤੇ ਬਹੁਤ ਸਾਰੇ ਫਿਰ ਤੁਸੀਂ ਚੈਲੇਂਜਸ ਵੀ ਫੇਸ ਕੀਤੇ ਹੋਣਗੇ, ਸਪੈਸ਼ਲੀ ਜਦੋਂ ਤੁਸੀਂ ਆਪਣੇ ਐਂਡ 'ਤੇ ਹੀ ਆਪਣੇ ਦਮ 'ਤੇ ਪੂਰਾ ਸਿੱਖਿਆ। ਹਾਂਜੀ, ਅਤੇ ਉਸ ਤੋਂ ਬਾਅਦ ਕਲਾਇੰਟਸ ਲੱਭਣਾ, ਮਤਲਬ ਇਹ ਕਹਿਣਾ ਬੜਾ ਆਸਾਨ ਹੁੰਦਾ, ਕਰਨਾ ਓਬਵੀਅਸਲੀ ਬਹੁਤ ਹੀ ਮੁਸ਼ਕਿਲ ਹੁੰਦਾ। ਅਤੇ ਥੋੜ੍ਹੇ ਜਿਹੇ ਕੁਝ ਚੈਲੇਂਜਸ ਬਾਰੇ ਦੱਸੋਗੇ? ਭਾਈ ਚੈਲੇਂਜਸ ਤਾਂ ਹਰ ਕੰਮ 'ਚ ਨੇ ਨਾ, ਬਟ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਭਾਈ ਇਹ ਅਗਰ ਮੈਂ ਕੰਮ ਚੂਜ਼ ਕੀਤਾ ਵਾ, ਹੈ ਨਾ, ਔਰ ਮੈਂ ਇਹਦੇ ਵਿੱਚ ਹੋਰ ਟਾਈਮ ਪਾ ਕੇ ਹੋਰ ਬੈਟਰ ਲਰਨਿੰਗ ਯੂ ਨੋ ਗੇਨ ਕਰਕੇ ਅਤੇ ਬੈਟਰ ਸਰਵਿਸ ਪ੍ਰੋਵਾਈਡ ਕਰਨੀ ਆ ਵਿਥ ਓਨੈਸਟੀ, ਅਤੇ ਫਿਰ ਸਾਰੇ ਜਿਹੜੇ ਚੈਲੇਂਜਸ ਨੇ ਨਾ ਉਹ ਕ੍ਰੋਸ ਹੋ ਜਾਂਦੇ ਨੇ। ਅਤੇ ਆਈ ਥਿੰਕ ਓਨੈਸਟੀ ਇਫ ਲਾਈਕ ਜਦੋਂ ਇਫ ਯੂ ਆਰ ਪ੍ਰੋਵਾਈਡਿੰਗ ਸਰਵਿਸ ਪਲੱਸ ਓਨੈਸਟੀ ਟੂ ਯੂਰ ਕਲਾਇੰਟ ਵਿਦ ਅ ਲੋਂਗ ਟਰਮ ਵਿਜ਼ਨ, ਦੈਨ ਦਿਸ ਪਰਟੀਕੁਲਰ ਜਿਹੜਾ ਵੀ ਕਲਾਇੰਟ ਹੁੰਦਾ ਨਾ ਉਹ ਸਪੋਰਟ ਕਰਦਾ ਵਾ ਕਿ ਭਾਈ ਤੈਨੂੰ ਇਹ ਪ੍ਰੋਬਲਮ ਆ ਰਹੀ, ਕੋਈ ਗੱਲ ਨਹੀਂ, ਮੈਂ ਤੈਨੂੰ ਮੈਂਟਰ ਕਰਾਂਗਾ ਬਿਕੋਜ਼ ਯੂ ਆਰ ਅ ਨਾਈਸ ਪਰਸਨ। ਅਤੇ ਭਾਅ ਜੀ ਤੁਸੀਂ ਮਤਲਬ ਆਲਰੇਡੀ ਜਿੱਦਾਂ ਇੰਨੇ ਸਾਰੇ ਡਿਜੀਟਲ ਮਾਰਕੀਟਿੰਗ ਸਿੱਖੀ, ਫਿਰ ਉਸ ਤੋਂ ਬਾਅਦ ਹੋਰ ਵੀ ਉਹਦੇ ਅੰਦਰ ਹਜ਼ਾਰ ਚੀਜ਼ਾਂ ਹੁੰਦੀਆਂ ਨੇ ਸਿੱਖਣ ਵਾਲੀਆਂ, ਅਤੇ ਕਾਫੀ ਤੁਹਾਨੂੰ ਚੈਲੇਂਜਸ ਵੀ ਆਏ ਹੋਣੇ ਆ ਕਿ ਅੱਛਾ ਸਿੱਖਣ ਤੋਂ ਲੈ ਕੇ ਕਲਾਇੰਟਸ ਬਣਾਉਣ ਤੱਕ, ਅਤੇ ਉਹਨਾਂ ਚੈਲੇਂਜਸ ਬਾਰੇ ਥੋੜ੍ਹਾ ਦੱਸੋਗੇ? ਭਾਈ ਚੈਲੇਂਜਸ ਮਤਲਬ ਇੱਕ ਵਾਰੀ ਜਿਹੜਾ ਤੁਸੀਂ ਪਹਿਲੇ ਬੇਸ ਰੈਡੀ ਕਰੋ, ਹੈ ਨਾ, ਪਹਿਲੇ ਲਰਨ ਕਰ ਲਓ। ਸਾਡੀ ਪ੍ਰੋਬਲਮ ਕੀ ਹੈ, ਅਸੀਂ ਥੋੜ੍ਹਾ ਜਿਹਾ ਲਰਨ ਕਰਨੇ ਆ, ਹੈ ਨਾ, ਇੱਕ ਅੱਧ ਦੋ ਕੋਰਸਿਸ ਲੈਂਦੇ ਹਾਂ ਅਤੇ ਅਸੀਂ ਉਸ ਨਾਲ ਡਨ ਜੀ, ਸਾਨੂੰ ਸਾਰਾ ਆ ਗਿਆ, ਬਟ ਓਪਨ ਨਹੀਂ ਹੁੰਦਾ। ਇਹਨਾਂ ਮੇਨ ਪੰਜ ਤੋਂ ਛੇ ਸਾਲ ਹੋ ਗਏ ਨੇ ਇਸ ਇੰਡਸਟਰੀ 'ਚ, ਹੁਣੇ ਤੱਕ ਆਈ ਐਮ ਲਰਨਿੰਗ, ਆਈ ਐਮ ਸਟਿਲ ਲਰਨਿੰਗ। ਸੋ ਜਿਹੜਾ ਬੰਦਾ ਨਾ ਲਰਨ ਕਰਦਾ ਹੁੰਦਾ ਜਾਂਦਾ ਹੈ ਨਾ, ਤਾਂ ਫਿਰ ਚੈਲੇਂਜਸ ਨੂੰ ਵੀ ਓਵਰਕਮ ਕਰ ਜਾਂਦਾ ਹੈ ਬਿਕੋਜ਼ ਯੂ ਆਰ ਗਿਵਿੰਗ ਰਾਈਟ ਸਰਵਿਸ ਐਂਡ ਯੂ ਹੈਵ ਏ ਸਟਰੋਂਗ ਬੇਸ, ਹੈ ਨਾ। ਫਿਰ ਜਿਕੰਦੇ ਕਲਾਇੰਟ ਦੇ ਨਾਲ ਤੁਸੀਂ ਗੱਲ ਕਰਦੇ ਹੋ ਅਤੇ ਉਹਨਾਂ ਨਾਲ ਵੀ ਫੀਡਬੈਕ ਲਓ ਕਿ ਭਾਈ ਮੈਂ ਕਿੱਥੇ ਗਲਤੀ ਕਰ ਰਿਹਾ, ਪਲੀਜ਼ ਮੈਨੂੰ ਗਾਈਡ ਕਰੋ ਬਿਕੋਜ਼ ਆਈ ਵਾਂਟ ਟੂ ਡੂ ਬੈਟਰ, ਹੈ ਨਾ, ਆਈ ਵਾਂਟ ਟੂ ਗਿਵ ਯੂ ਬੈਟਰ ਸਰਵਿਸ। ਤੋ ਬੀਂਗ ਏ ਕਲਾਇੰਟ, ਅ ਲੋਟ ਆਫ ਪੀਪਲ ਵਿਲ ਸੇ ਨੋ, ਹੈ ਨਾ, ਬਹੁਤ ਬਹੁਤ ਲੋਕ ਮਨਾ ਵੀ ਕਰਨਗੇ ਕਿ ਬਈ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ, ਬਟ ਕੋਈ ਗੱਲ ਨਹੀਂ, ਤੁਹਾਨੂੰ ਇਹ ਚੱਕਣਾ ਹੈ ਕਿ ਬਈ ਇਸ 10 ਬੰਦੇ 'ਚ ਮੈਂ 10 ਬੰਦੇ ਨੂੰ ਪੁੱਛਿਆ, 2 ਬੰਦਾ ਤੁਹਾਨੂੰ ਚਾਹੀਦਾ ਜਿਹੜਾ ਤੁਹਾਨੂੰ ਗਾਈਡ ਕਰੇਗਾ। ਤਾਂ ਓਬਵੀਅਸਲੀ ਉਹ ਬੰਦਾ ਇੱਕ ਲੈਵਲ 'ਚ ਹੈ ਕਿ ਤੁਹਾਨੂੰ ਗਾਈਡ ਕਰ ਸਕਦਾ ਵਾ, ਅਤੇ ਅੱਜ ਕੱਲ੍ਹ ਨਾ ਬੰਦੇ ਬਹੁਤ ਜੈਨਰਸ ਨੇ। ਪਹਿਲੇ ਜ਼ਮਾਨਾ ਸੀ ਕਿ ਬਈ ਨਹੀਂ, ਸਾਨੂੰ ਕਿਸੇ ਹੋਰ ਨੂੰ ਨਹੀਂ ਪੁੱਛਣਾ, ਅੱਜ ਕੱਲ੍ਹ ਸਿਸਟਮ ਉਲਟਾ ਹੋ ਗਿਆ। ਹੁਣ ਤੁਸੀਂ ਅਗਰ ਕਿਸੇ ਨੂੰ ਕੁਝ ਫੀਡਬੈਕ ਲੈਣਾ ਚਾਹੁੰਦੇ ਹੋ, ਕੁਝ ਸਜੈਸ਼ਨ ਲੈਣਾ ਚਾਹੁੰਦੇ ਹੋ, ਤਾਂ ਉਹ ਬੰਦਾ ਨਾ ਬੜਾ ਥਿੰਕਿੰਗ 'ਤੇ ਚਲਾ ਜਾਂਦਾ ਹੈ ਕਿ ਬਈ ਨਹੀਂ, ਮੈਨੂੰ ਇਸ ਬੰਦੇ ਨੂੰ ਰਾਈਟ ਇਨਫੋਰਮੇਸ਼ਨ ਦੇਣੀ ਹੈ ਬਿਕੋਜ਼ ਮਾਈ ਰਿਸਪੈਕਟ ਇਜ਼ ਇਨਵੋਲਵਡ ਹੇਅਰ, ਹੈ ਨਾ, ਮੇਰੀ ਰਿਸਪੈਕਟ ਇਸ 'ਚ ਇਨਵੋਲਵ ਹੈ ਕਿ ਮੈਂ ਇਸ ਬੰਦੇ ਨੂੰ ਰਾਈਟ ਇਨਫੋਰਮੇਸ਼ਨ ਪ੍ਰੋਵਾਈਡ ਕਰਾਂ। ਅਤੇ ਇਟ ਇਜ਼ ਨਾ ਇਹ ਸਭ ਚੀਜ਼ਾਂ ਨਾ, ਸਜੈਸ਼ਨ ਲੈਣ ਦੀ ਚੀਜ਼ਾਂ, ਐਡਵਾਈਸ ਲੈਣ ਦੀ ਚੀਜ਼ਾਂ, ਯੂ ਸ਼ੁੱਡ ਟੂ ਗੋ ਅਹੈਡ, ਦੈਟ ਸ਼ੁੱਡ ਬੀ ਦਾ ਫਸਟ ਸਟੈਪ ਟੂ ਓਵਰਕਮ ਆਲ ਦਾ ਚੈਲੇਂਜਸ। ਅਤੇ ਘਰ ਵੱਲੋਂ ਵੀ, ਕਿਉਂਕਿ ਘਰ ਦੇ ਆਲਰੇਡੀ ਬਿਜ਼ਨਸ 'ਚ ਸੀਗੇ, ਤਾਂ ਉਹਨਾਂ ਨੇ ਨਹੀਂ ਕਿਹਾ ਕਿ ਬਈ ਆਹ ਕਿਹੜੇ ਚੱਕਰਾਂ 'ਚ ਪੈ ਗਏ? ਨਹੀਂ ਨਹੀਂ ਇਟ ਵਾਸ ਮੇਰਾ ਨਾ ਦੂਜਾ ਸਿਸਟਮ ਸੀ, ਮੈਂ ਮੀਲ 'ਚ ਬੰਦਾ ਸੀ, ਰਾਈਸ ਇੰਡਸਟਰੀ ਜਿਕਨ ਮੇਰੀ ਰਾਈਸ ਮਿਲ ਆ, ਅਤੇ ਮੈਂ ਰਾਈਸ ਮਿਲ ਬਹਿ ਬਹਿ ਕੇ ਹੀ ਇਹ ਸਭ ਕੰਮ ਸਟਾਰਟ ਕੀਤਾ। ਅਤੇ ਜਦੋਂ ਇੱਕ ਲੈਵਲ 'ਚ ਆ ਗਿਆ ਨਾ, ਅਤੇ ਫਿਰ ਟਰੈਵਲ ਕਰਦਾ ਸੀ ਨਿਊ ਦਿੱਲੀ, ਬੋਂਬੇ, ਮਤਲਬ ਮਹੀਨੇ 'ਚ 15 ਦਿਨ ਉੱਥੇ, 15 ਦਿਨ ਇੱਥੇ, ਅਤੇ ਧੀਰੇ ਧੀਰੇ ਕੰਮ ਵੱਧਦਾ ਗਿਆ, ਵੱਧਦਾ ਗਿਆ, ਵੱਧਦਾ ਗਿਆ, ਅਤੇ ਫਿਰ ਉਹਨਾਂ ਨੇ ਵੀ ਮਾਇੰਡ ਨਹੀਂ ਕੀਤਾ। ਠੀਕ ਹੈ, ਮਤਲਬ ਉਹਨਾਂ ਨੇ ਜਿਹੜਾ ਟ੍ਰਾਂਜੀਸ਼ਨ ਹੈ ਸਿੱਧਾ ਹੀ ਦੇਖਿਆ ਕਿ ਅੱਛਾ ਜਾਂ ਤਾਂ ਸਾਡੇ ਕੋਲ ਹੈਗਾ ਜਾਂ ਫਿਰ ਸਿੱਧਾ ਹੀ ਹੁਣ ਇਹਦਾ ਕੰਮ ਸੈੱਟ ਹੋ ਗਿਆ। ਹਾਂਜੀ, ਮਤਲਬ ਉਹ ਨਹੀਂ ਦੇਖਿਆ ਕਿ ਹਾਂ ਯਾਰ ਕਿ ਇਹ ਛੱਡ ਕੇ ਕਿਉਂ ਕਰਦਾ। ਮੈਂ ਐਕਚੁਅਲੀ ਪ੍ਰੂਫ ਕੀਤਾ ਉਹਨਾਂ ਦੇ ਨਾਲ ਰਹਿ ਕੇ, ਉਹਨਾਂ ਨੂੰ ਪ੍ਰੂਫ ਕੀਤਾ, ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਬਈ ਮੈਂ ਗਲਤ ਕਰਮਾਂ ਵੱਲੋਂ ਨਹੀਂ ਜਾਣਾ ਔਰ ਮੈਂ ਫੋਕਸ ਬੰਦਾ ਵਾਂ। ਅਤੇ ਕਿੰਨੀ ਏਜ ਹੋਏਗੀ ਤੁਹਾਡੀ ਉਸ ਟਾਈਮ? 28 ਨਾਓ। ਬਿਫੋਰ ਉਸ ਟਾਈਮ ਕੀ ਏਜ ਸੀ ਜਦੋਂ ਤੁਸੀਂ? 6 ਇਅਰਸ ਬੈਕ, ਸੋ 22। ਸੋ 22 ਸਾਲ ਦੀ ਏਜ ਤੁਹਾਡਾ ਮਤਲਬ ਕਨਫਰਮ ਹੋ ਗਿਆ ਸੀ ਘਰਦਿਆਂ ਨੂੰ ਵੀ ਕਿ ਹਾਂ ਬਈ ਜਾ? ਨਹੀਂ, ਉਹ ਤਾਂ ਸਟਾਰਟ ਪੀਰੀਅਡ ਸੀ ਵੀਰੇ। ਅੱਛਾ, ਉਹ ਸਟਾਰਟ ਪੀਰੀਅਡ ਸੀ ਅਤੇ ਧੀਰੇ ਧੀਰੇ ਯੂ ਨੋ ਦਾ ਰਿਵੈਨਿਊ ਵੱਧਦਾ ਗਿਆ,
ਠੀਕ ਹੈ ਤੇ ਫਿਰ ਉਹਨਾਂ ਨੇ ਵੀ ਤੱਕਿਆ ਤੇ ਇਹ ਕੋਈ ਡਿਸਕਸ਼ਨ ਹੀ ਨਹੀਂ ਹੋਇਆ ਐਕਚੁਅਲੀ ਕਿ ਤੈਨੂੰ ਕੀ ਕਰਨਾ ਕੁਝ ਨਹੀਂ ਕਰਨਾ ਯਾ ਹਾਂ ਹੁੰਦਾ ਨਹੀਂ ਵੈਸੇ ਸਾਡੇ ਘਰਾਂ 'ਚ ਕਿ ਕੋਈ ਡਿਸਕਸ਼ਨ ਨਹੀਂ ਹੁੰਦਾ ਸਾਰਾ ਕੁਝ ਠੀਕ ਹੈ ਤੇ ਮੈਂ 24-25 ਸਾਲ ਦੀ ਏਜ ਫਿਰ ਕਰ ਲਿਆ ਯਾ ਜਾ ਨਵਜੋਤ ਜਾ ਹਾਂ ਜੋ ਕਰਨਾ ਕਰ ਬਿਲਕੁਲ ਜੀ ਤੇ ਹੋਰ ਵੀ ਮਤਲਬ ਇਸ ਤੋਂ ਇਲਾਵਾ ਚੈਲੇਂਜਸ ਕੋਈ ਹੋਰ ਆਏ ਹੋਣ ਤੁਹਾਡੇ ਕੁਛ ਇੱਦਾਂ ਇੰਟਰਸਟਿੰਗ ਫੈਕਟ ਯਾਦ ਹੋਵੇ ਕਿ ਹਾਂ ਯਾਰ ਇੱਦਾਂ ਕੁਛ ਹੋਇਆ ਸੀਗਾ ਫਿਰ ਐਕਨ ਕਿੱਸੇ ਤਾਂ ਬਹੁਤ ਸਾਰੇ ਨੇ ਹੈ ਨਾ ਜਿੱਦਾਂ ਮੈਂ ਦੁਬਈ ਗਿਆ ਸੀ ਅਤੇ ਮੈਂ ਸਟਾਰਟ ਕੀਤਾ ਬਿਲਕੁਲ ਮੈਟਰੋ 'ਚ ਕਾਰ ਖੁਦ ਵੇਖਿਆ ਅਤੇ ਚੱਲਦਾ ਸੀ ਬੜਾ ਮੈਟਰੋ ਲਿੱਤੀ ਬੱਸ ਲਿੱਤਾ ਹੈ ਨਾ ਲਾਈਕ ਲੋਕਲ ਟਰਾਂਸਪੋਰਟੇਸ਼ਨ ਯੂਜ਼ ਲੋਕਲ ਪੂਰਾ ਟਰਾਂਸਪੋਰਟੇਸ਼ਨ ਹੈ ਨਾ ਅਤੇ ਮਤਲਬ ਮੈਂ ਇਹੀ ਕਹਿਣਾ ਚਾਹੁੰਦਾ ਚੈਲੇਂਜਸ ਤਾਂ ਬਹੁਤ ਸਾਰੇ ਹਰ ਪ੍ਰਕਾਰ ਦੇ ਮਤਲਬ ਤੁਸੀਂ ਖਾਣੇ ਨੂੰ ਲੈ ਕੇ ਵੀ ਚੈਲੇਂਜਸ ਆਉਂਦੇ ਨੇ ਪੀਣੇ ਦੇ ਲੈ ਕੇ ਕਿਉਂਕਿ ਤੁਸੀਂ ਜਦੋਂ ਕੰਮ ਕਰਦੇ ਹੋ ਨਾ ਤਾਂ ਤੁਹਾਨੂੰ ਸਿਰਫ ਕੰਮ ਵਿਕਦਾ ਹੈ ਇਫ ਯੂ ਆਰ ਵੈਰੀ ਮੱਚ ਪੈਸ਼ਨੇਟ ਆਮ ਟਾਕਿੰਗ ਅਬਾਊਟ ਦੈਟ ਪਰਟੀਕੁਲਰ ਜ਼ੋਨ ਐਗਜੈਕਟਲੀ ਅਤੇ ਤੁਸੀਂ ਨਾ ਸਾਰਾ ਕੁਝ ਭੁੱਲ ਜਾਂਦੇ ਹੋ ਔਰ ਮੈਂ ਚੈਲੇਂਜਸ ਅਗੇਨ ਉਹੀ ਹੈ ਚੈਲੇਂਜਸ ਤਾਂ ਪਾਰਟ ਆਫ ਇਟ ਹੈ ਨਾ ਅਤੇ ਕੋਈ ਵੀ ਬਿਜ਼ਨਸ ਸਟਾਰਟ ਕਰਨਾ ਹੈ ਕੁਝ ਵੀ ਕਰਨਾ ਹੈ ਅਤੇ ਉਹਦੇ ਬਾਰੇ ਪ੍ਰੋਪਰ ਰਿਸਰਚ ਕਰੋ ਜਦੋਂ ਮੈਂ ਬਿਜ਼ਨਸ ਸਟਾਰਟ ਕੀਤਾ ਸੀ ਅਤੇ ਮੈਂ ਹਮੇਸ਼ਾ ਕਹਿੰਦਾ ਕਿ ਟਰਾਈ 100 ਥਿੰਗਸ ਦੈਨ ਚੂਜ਼ ਵਾਟ ਯੂ ਵਾਂਟ ਐਂਡ ਦੈਨ ਟੇਕ ਇਟ ਸਟਾਰਟ ਸਮਾਲ ਦੈਨ ਹੈਵ ਅ ਬਿਗ ਵਿਜ਼ਨ ਐਂਡ ਲੇਟਰ ਔਨ ਟੇਕ ਇਟ ਔਨ ਬਿਗ ਵੇ ਹੈ ਨਾ ਬਟ ਵੈਨ ਆਈ ਸੇ ਟਰਾਈ 100 ਥਿੰਗਸ ਤਾਂ ਐਸ ਦਾ ਹੈ ਮਤਲਬ ਨਹੀਂ ਕਿ ਤੁਸੀਂ 100 ਚੀਜ਼ਾਂ ਟਰਾਈ ਕਰੋ ਐਸ ਦਾ ਹੈ ਮਤਲਬ ਹੈ ਕਿ ਤੁਸੀਂ ਇੱਕ ਚੀਜ਼ ਕੋਈ ਪਸੰਦ ਕਰੋ ਉਹਦੇ ਬਾਰੇ ਪ੍ਰੋਪਰ ਰਿਸਰਚ ਕਰੋ ਯੂਟਿਊਬ ਵੀ ਮੇਰੇ 5 ਦਿਨ ਤੁਸੀਂ ਦਿਓ ਕੋਈ ਵੀ ਇੱਕ ਬਿਜ਼ਨਸ ਦੇ ਬਾਰੇ 5 ਦਿਨ 6ਵਾਂ ਦਿਨ ਵੀ ਨਹੀਂ 5 ਦਿਨ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਕਿ ਇਹਦੇ ਇਹਦੇ ਇਸ 'ਚ ਕੀ ਖਰਚਾ ਹੈ ਕਿਹੜੀ ਟਾਰਗੇਟ ਆਡੀਅੰਸ ਹੋਣੀ ਚਾਹੀਦੀ ਹੈ ਅਤੇ ਉਹਦੇ ਬਾਰੇ ਰਿਸਰਚ ਕਰੋ ਕਿ ਮੇਰੇ ਪਰਟੀਕੁਲਰ ਏਰੀਆ 'ਚ ਕਿਆ ਕੀ ਮੈਂ ਇਹ ਬਿਜ਼ਨਸ ਕਰ ਸਕਦਾ ਅਤੇ ਇਸ ਪੂਰਾ ਪ੍ਰੋਸੈਸ ਇੱਕ ਕਰੋ ਡੀਪ ਰਿਸਰਚ ਹੈ ਨਾ ਉਹਦੇ ਬਾਅਦ ਤੁਹਾਨੂੰ ਫਿਗਰ ਆਊਟ ਹੋ ਜਾਏਗਾ ਕਿ ਤੁਹਾਨੂੰ ਕਰਨਾ ਕੀ ਹੈ ਔਰ ਮੈਂ ਪਰਸਨਲੀ ਤਾਂ ਇਹ ਸੁਜੈਸਟ ਕਰਨਾ ਕਿ ਕੋਈ ਵੀ ਚੀਜ਼ ਜਿਹੜੀ ਤੁਸੀਂ ਫ੍ਰੀ 'ਚ ਕਰ ਸਕਦੇ ਹੋ ਨਾ ਕਿਸੇ ਦੇ ਲਈ ਉਹਨੂੰ ਆਪਣਾ ਪੈਸ਼ਨ ਬਣਾ ਕੇ ਉਹਨੂੰ ਬਿਜ਼ਨਸ ਬਣਾ ਲਓ ਜਦੋਂ ਮੈਂ ਸਟਾਰਟ ਕੀਤਾ ਸੀ ਕਿ ਮੈਂ ਵੀ ਐਸੇ ਇੱਕ ਨੇ ਸਟਾਰਟ ਕੀਤਾ ਸੀ ਫ੍ਰੀ ਟੂ ਲਰਨ ਹੈ ਨਾ ਤਾਂ ਮੈਂ ਕਿਹਾ ਤਾਂ ਬਹੁਤ ਚੰਗੀ ਚੀਜ਼ ਹੈ ਇਸ 'ਤੇ ਪੈਸੇ ਵੀ ਮਿਲਦੇ ਨੇ ਅਤੇ ਫਿਰ ਆਈ ਸਟਾਰਟਡ ਚੈਨਲਾਈਜ਼ਿੰਗ ਇਟ ਅਤੇ ਹੋ ਜਾਣਾ ਵੀਰੇ ਸਟਾਰਟ ਕਰੋ ਬਸ ਹੈ ਨਾ ਇਹ ਨਾ ਸਮਝੋ ਕਿ ਫੇਲੀਅਰ ਹੋਊਗਾ ਅਤੇ ਇਹ ਹੋਊਗਾ ਅਤੇ ਲੋਕ ਕੀ ਕਹਿਣਾ ਨੇ